ਸੂਰੀ ਜਿਹੜੀ ਗੋਲੀ ਮਾਰੀਆ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਮਾਹੌਲ ਜਿਹੜਾ ਉੱਥੇ ਖਰਾਬ ਹੁੰਦਾ ਦਿਖਾਈ ਦੇ ਰਿਹਾ ਤੇ ਗੋਲੀ ਮਾਰਨ ਵਾਲਾ ਸ਼ਖਸ ਜਿਹੜਾ ਪੁਲਿਸ ਨੇ ਫੜ ਲਿਆ ਤੇ ਉਸ ਦੀ ਗੱਡੀ ਵੀ ਜਿਹੜੀ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਉਸ ਗੱਡੀ ਦੇ ਉੱਤੇ ਜਿਹੜੀ ਇੱਕ ਤਸਵੀਰ ਲੱਗੀ ਸੀਗੀ ਉਸ ਦੇ ਵਿੱਚ ਕੁਝ ਧਾਰਮਿਕ ਜਿਹੜੇ ਲੋਕ ਬੈਠੇ ਹੋਏ ਦਿਖਾਈ ਦਿੱਤੇ ਨੇ ਜਿਸ ਨੂੰ ਲੈ ਕੇ ਜਿਹੜਾ ਮਾਮਲਾ ਪੱਖ ਦਾ ਦਿਖਾਈ ਦੇ ਰਿਹਾ ਤੁਸੀ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਉਸ ਖੇਤਰ ਦੇ ਵਿੱਚ ਆਮ ਤੌਰ ਤੇ 4-5 ਦੀ 6 ਸੱਤ ਜਿਲਿਆਂ ਦੀ ਪ੍ਰੋਸਟਾਨਾਤ ਕਰ ਦਿੱਤੀ ਜਾਂਦੀ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੋ। ਅੱਜ ਇਹ ਜਿਹੜਾ ਧਰਨਾ ਉੱਥੇ ਲੱਗਿਆ ਹੈ। ਉੱਥੋਂ ਦਾ ਪੁਲਿਸ ਕਮਿਸ਼ਨੇਟ ਹੈ। ਕਮਿਸ਼ਨਰ ਪੱਧਰ ਦਾ ਅਧਿਕਾਰੀ ਉੱਥੇ ਬੈਠਾ ਆਈਪੀਐਸ ਅਧਿਕਾਰੀ ਹੈ। ਉੱਥੋਂ ਦਾ ਜ਼ਿਲ੍ਹਾ ਮੈਜਿਸਟਰੇਟ ਹੈ। ਉਹਦੇ ਵਿੱਚੋਂ ਕਿਸੇ ਨੇ ਮਨਜ਼ੂਰੀ ਲਈ ਕਿ ਇੱਥੇ ਇਸ ਧਰਨਾ ਦੇ। ਦੂਜਾ ਇਸ ਵਿਵਾਦਤ ਆਗੂ ਦੀਆਂ ਟਿੱਪਣੀਆਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸੀ। ਇਹ ਇੱਕ ਦੂਜੇ ਦੇ ਬਰਦ ਬੋਲਦੇ ਰਹਿੰਦੇ ਇਹਦੇ ਵਿੱਚ ਜੇ ਮੰਦਰ ਵਾਲੇ ਜ਼ਿੰਮੇਵਾਰ ਨੇ ਜ਼ਿੰਮੇਵਾਰ ਉਹ ਲੋਕ ਵੀ ਨੇ ਜਿਹੜੇ ਉੱਥੇ ਸਿੱਟ ਕੇ ਗਏ ਸੁਧੀਰ ਸੂਰੀ ਨੂੰ ਉੱਥੇ ਇੱਕ ਵਿਅਕਤੀ ਆਉਂਦਾ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੰਦਾ ਉਹਦੇ লাইਸੈਂਸੀ ਹਥਿਆਰ ਦੇ ਵਿੱਚੋਂ ਇਹ ਗੋਲੀ ਚੱਲੀ ਹੈ ਉਥੋਂ ਦੇ ਚਸ਼ਮਦੀਦ ਕਹਿੰਦੇ ਆ ਕਿ ਪੁਲਿਸ ਨੇ ਨਹੀਂ ਫੜਿਆ ਰਖਿਆ ਕਿਹਾ ਦਾ ਕੰਮ ਕੀ ਆ ਉਹਦੀ ਰੱਖਿਆ ਕਰਨਾ ਕੋਦੇ ਗੋਲੀਆਂ ਵਰਪਾਉਣਾ ਉਹ ਕਹਿੰਦੇ ਅਸੀਂ ਪੜਕੇ ਦਿੱਤਾ ਉਰਾਨੂ 26 ਜਨਵਰੀ ਆ ਰਹੀ ਹੈ ਮੁੱਖ ਮੰਤਰੀ ਸਭ ਤੋਂ ਸਾਰਿਆਂ ਨੂੰ ਸਨਮਾਨ ਕਰਾ ਦੇਣਾ ਅੱਜ ਸਾਰੀ ਵਿਰੋਧੀ ਪਾਰਟੀਆਂ ਦੇ ਨਕਸ਼ੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਆ ਬਹੁਤ ਸਾਰੇ ਆਗੂ ਇਹ ਕਹਿੰਦੇ ਨੇ ਬੇਰਖਾ ਸਾਹਿਬ ਬੋਲੇ ਕਿ ਨਿਰੋ ਬੰਸਰੀ ਵਜਾ ਰਿਹਾ ਸੀ ਰੂਮ ਸੜ ਰਿਹਾ ਸੀ ਅੱਜ ਸਥਿਤੀ ਸਾਡੀ ਇਹ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਚ ਬਹਿੰਦਾ ਹੀ ਨਹੀਂ ਉਹ ਕਦੇ ਹਿਮਾਚਲ ਚ ਆ ਜਾਂਦਾ ਤੇ ਕਦੇ ਉਥੇ ਜਾਵਨ ਗੁਜਰਾਤ ਦੇ ਵਿੱਚ ਇੰਨੀ ਵਰਗੀਆਂ ਏਜੰਸੀਆਂ ਦੇ ਦਫਤਰ ਜਿਹੜੇ ਆ ਉਹ ਰਾਜਾਂ ਦੇ ਵਿੱਚ ਖੁੱਲਣ ਲੱਗੀਆਂ ਇਹ ਕਰਨ ਦੇ ਯੋਗ ਨਹੀਂ ਮੁਹਾਲੀ ਦੇ ਵਿੱਚ ਵਿੱਕੀ ਮਿੱਡੂ ਖੇੜੇ ਦਾ ਕਤਲ ਹੁੰਦਾ ਇੱਕ ਇਨਪੁਟ ਦਿੱਲੀ ਪੁਲਿਸ ਨੇ ਇਹਨਾਂ ਨੂੰ ਦਿੱਤੀ ਅਮਰਸਰ ਦੇ ਵਿੱਚ ਜਿਹੜਾ ਧਾਰਾ ਜਿਹੜੀ 144 ਜਿਹੜੀ ਉਹ ਵੀ ਲਾਗੂ ਹੋ ਸਕਦੀ ਹੈ ਇਸ ਨੂੰ ਲੈ ਕੇ ਕੱਲ ਪੰਜਾਬ ਬੰਦਰਾ ਜਿਹੜਾ ਸੱਦਾ ਚੱਲੋ ਸਭ ਉਹ ਵੀ ਦੇ ਦਿੱਤਾ ਗਿਆ ਇੱਕ ਤਰ੍ਹਾਂ ਕਹਿੰਦੀ ਆ ਅਸੀਂ ਬੰਦ ਕਰਾਉਣਾ ਦੂਜੀ ਤਰ੍ਹਾਂ ਕਹਿੰਦੀ ਆ ਅਸੀਂ ਬੰਦ ਨਹੀਂ ਕਰਨਾ ਜਦੋਂ ਫਿਰ ਆਪਸ ਵਿੱਚ ਦੀ ਖਿੱਚ ਟੂ ਹੁੰਦੀ ਹੈ ਉਹਦੇ ਵਿੱਚ ਨੁਕਸਾਨ ਵੀ ਹੋ ਜਾਇਆ ਕਰਦਾ ਲਗਾਤਾਰ ਇੱਥੇ ਅਮਨ ਕਾਨੂੰਨ ਵਿਗੜਦਾ ਜਾ ਰਿਹਾ ਹੈ ਫਿਰਕਿਆਂ ਦੇ ਵਿੱਚ ਸਾਡੇ ਇੱਥੇ ਉਦੋਂ ਵੀ ਬਖਰੇਵਾ ਨਹੀਂ ਪਿਆ ਜਦੋਂ ਇੱਥੇ ਇੱਕ ਦਹਾਕਾ ਜੰਗਲ ਰਾਜ ਸੀ ਕੋਈ ਬੰਦਾ ਕਾਨੂੰਨ ਨੂੰ ਸਮਝਦਾ ਨਹੀਂ ਸੀ ਲਗਾਤਾਰ ਉਹਦਾ ਜਲਾਜਾ ਨਿਕਲ ਰਿਹਾ ਸੀ ਉਦੋਂ ਵੀ ਸਾਡਾ ਫਿਰਕਿਆਂ ਦੇ ਵਿੱਚ ਕੋਈ ਬਖਰੇਮਾ ਨਹੀਂ ਉਧਰ ਹੀ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਵਿੱਚ ਸਨਾਰ ਤੋਂ ਸੀਨੀਅਰ ਕੋਰਪਸ ਅਧਿਕਾਰੀ ਅਰਨਪਾਲ ਸਿੰਘ ਜੀ ਤਾਂ ਉਹਨਾਂ ਨੇ ਲਗਾਤਾਰ ਜਿਹੜੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੋਸ਼ੀ ਸੀ ਅਸੀਂ ਉਸ ਨੂੰ ਫੜ ਲਿਆ ਤੇ ਉਸ ਦੇ ਕੋਲ ਜਿਹੜਾ ਲਾਇਸੈਂਸੀ ਥਿਆਰ ਉਹ ਵੀ ਬਰામਝਾ ਮੈਂ ਬਿਠਾ ਥਾਪੜ ਨਹੀਂ ਆ ਥਾਪੜ ਲੋ ਫੜ ਕੇ ਤਾਂ ਲੋਕਾਂ ਨੇ ਦਿੱਤਾ ਜੀ ਜੇ ਥੋੜੀ ਪੁਲਿਸ ਨੇ ਉੱਥੇ ਜ਼ਿੰਮੇਵਾਰੀ ਨਾ ਭਾਈ ਹੁੰਦੀ ਹੋ ਸਕਦਾ ਇਹ ਘਟਨਾ ਹੀ ਨਾ ਵਾਪਰਦੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਓ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੰਗਸੋ ਜੇਕਰ ਗੱਲ ਕੀਤੀ ਹੈ ਅੱਜ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਕਿ ਇੱਕ ਧਾਰਮਿਕ ਨਗਰੀਏ ਜਿਉ ਕਿ ਟੂਰਿਸਟ ਜਿਹੜਾ ਦੇਵਜੋ ਜਿਹੜੀ ਜਾਣੇ ਜਾਂਦਾ ਸ਼ਹਿਰ ਆ ਜਿੱਥੇ ਕਿ ਅੱਜ ਬਹੁਤ ਵੱਡੀ ਘਟਨਾ ਵਾਪਰੀ ਉਹਤੇ ਸਿਪ ਸੈਨਾ ਆਗੂ ਸੁਦੀਰ ਸੂਰੀ ਦੇ ਜਿਹੜੀ ਗੋਲੀ ਮਾਰੀਆ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਮਾਹੌਲ ਜਿਹੜਾ ਉੱਥੇ ਖਰਾਬ ਹੁੰਦਾ ਦਿਖਾਈ ਦੇ ਰਿਹਾ ਤੇ ਗੋਲੀ ਮਾਰਨ ਵਾਲਾ ਸ਼ਖਸ ਜਿਹੜਾ ਪੁਲਿਸ ਨੇ ਫੜ ਲਿਆ ਤੇ ਉਸ ਦੀ ਗੱਡੀ ਵੀ ਜਿਹੜੀ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਉਸ ਗੱਡੀ ਦੇ ਉੱਤੇ ਜਿਹੜੀ ਇੱਕ ਤਸਵੀਰ ਲੱਗੀ ਸੀਗੀ ਉਸ ਦੇ ਵਿੱਚ ਕੁਝ ਧਾਰਮਿਕ ਜਿਹੜੇ ਲੋਕ ਬੈਠੇ ਹੋਏ ਦਿਖਾਈ ਦਿੱਤੇ ਨੇ ਜਿਸ ਨੂੰ ਲੈ ਕੇ ਜਿਹੜਾ ਮਾਮਲਾ ਪੱਖ ਦਾ ਦਿਖਾਈ ਦੇ ਰਿਹਾ ਤੁਸਾਹ ਮੇਰਾ ਖਿਆਲ ਹੈ ਪੰਜਾਬ ਪੁਲਿਸ ਨੂੰ ਨਾ ਸਨਮਾਨ ਦੇਣਾ ਚਾਹੀਦਾ ਹੈ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਉਸ ਖੇਤਰ ਦੇ ਵਿੱਚ ਆਮ ਤੌਰ ਤੇ 4-5 ਨਹੀਂ 6-7 ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕਰ ਦਿੱਤੀ ਜਾਂਦੀ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੋਵੇ ਅੱਜ ਇਹ ਜਿਹੜਾ ਧਰਨਾ ਉੱਥੇ ਲੱਗਿਆ ਹੈ ਉੱਥੋਂ ਦਾ ਪੁਲਿਸ ਕਮਿਸ਼ਨੇਟ ਹੈ ਕਮਿਸ਼ਨਰ ਪੱਧਰ ਦਾ ਅਧਿਕਾਰੀ ਉੱਥੇ ਬੈਠਾ ਆਈਪੀਐਸ ਅਧਿਕਾਰੀ ਹੈ ਉੱਥੋਂ ਦਾ ਜ਼ਿਲ੍ਹਾ ਮੈਜਿਸਟਰੇਟ ਹੈ ਉਹਦੇ ਵਿੱਚੋਂ ਕਿਸੇ ਨੇ ਮਨਜ਼ੂਰੀ ਲਈ ਕਿ ਇੱਥੇ ਅਸੀਂ ਧਰਨਾ ਦੇਣ ਹੈ ਇਹ ਸਵਾਲ ਖੜੇ ਕਰਦੇ ਦੂਜਾ ਇਸ ਵਿਵਾਦਤਾਗੂ ਦੀਆਂ ਟਿੱਪਣੀਆਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸੀ ਇਹ ਇੱਕ ਦੂਜੇ ਦੇ ਬੁਰਦ ਬੋਲਦੇ ਰਹੇ ਤੁਸੀਂ ਮੈਂ ਸਮਝਦਾ ਕਿ ਕਿਸੇ ਵੀ ਧਰਮ ਦਾ ਕੋਈ ਆਗੂ ਹੋਵੇ ਧਰਮ ਕੋਵੇ ਕੋਈ ਹੋਰ ਹੋਵੇ ਇਸ ਤਰ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਕਦੇ ਨਹੀਂ ਕਰਨੀਆਂ ਚਾਹੀਦੀਆਂ ਜਿਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੋਵੇ ਉੱਥੇ ਇੱਕ ਗੋਪਾਲ ਮੰਦਰ ਹੈ ਉਸ ਗੋਪਾਲ ਮੰਦਰ ਦੇ ਵਿੱਚ ਮਾਮਲਾ ਜਿਹੜਾ ਉਹਨੇ ਚੱਕਿਆ ਸੀ ਉਹ ਮਾਮਲਾ ਕੋਈ ਮਾੜਾ ਨਹੀਂ ਸੀ ਸਧੂਰੀ ਇਹਨੇ ਸੂਰੀ ਨੇ ਬੱਖ-ਬੱਖ ਧਾਰਮਿਕ ਕਿਸਮ ਦੀਆਂ ਮੂਰਤੀਆਂ ਦੀਵੇ ਘੂੜੇ ਤਸਵੀਰਾਂ ਇਹ ਉਥੇ ਉਹ ਕਹਦੇ ਵੀ ਆ ਗੰਦਗੀ ਦੇ ਢੇਰ ਤੇ ਸੁੱਟਤੀਆਂ ਖੰਡਿਤ ਕਰਤੀਆਂ ਨੇ ਇਹਦੇ ਵਿੱਚ ਜੇ ਮੰਦਰ ਵਾਲੇ ਜ਼ਿੰਮੇਵਾਰ ਨੇ ਜ਼ਿੰਮੇਵਾਰ ਉਹ ਲੋਕ ਵੀ ਨੇ ਜਿਹੜੇ ਉਥੇ ਸਿੱਟ ਕੇ ਗਏ ਨੇ ਉਸ ਸੁਧੀਰ ਸੂਰੀ ਨੂੰ ਉਥੇ ਇੱਕ ਵਿਅਕਤੀ ਆਉਂਦਾ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੰਦਾ ਹੈ ਉਹਦੇ ਲਾਇਸੈਂਸੀ ਹਥਿਆਰ ਦੇ ਵਿੱਚੋਂ ਇਹ ਗੋਲੀ ਚੱਲੀ ਐ ਅੱਧਾ ਦਰਜਨ ਦੇ ਕਰੀਬ ਉਹਨੇ ਗੋਲੀਆਂ ਚਲਾਈਆਂ ਉਹਦੇ ਨਾਲ ਅੰਗ ਰੱਖ ਕੇ ਵੀ 7-8 ਚੱਲਦੇ ਸੀ ਤੇ 50 ਤੋਂ ਵੱਧ ਉੱਥੇ ਪੁਲਿਸ ਕਰਮਚਾਰੀ ਤਾਇਨਾਤ ਸੀ ACP ਰੈਂਕ ਦਾ ਬੰਦਾ ਵੀ ਬੈਠਾ ਸੀ ਇਹ ਜੇ ਇੰਨੇ ਬੰਦਿਆਂ ਦੇ ਵਿੱਚ ਕੋਈ ਬੰਦਾ ਬਾਹਰ ਦਾਤ ਕਰਕੇ ਭੱਜ ਜਾਵੇ ਉੱਥੋਂ ਦੇ ਚਸ਼ਮਦੀਦ ਕਹਿੰਦੇ ਆ ਕਿ ਪੁਲਿਸ ਨੇ ਨਹੀਂ ਫੜਿਆ ਅੰਗ ਰੱਖਿਆ ਕੇ ਦਾ ਕੰਮ ਕੀ ਆ ਉਹਦੀ ਰੱਖਿਆ ਕਰਨਾ ਕੋਦੇ ਗੋਲੀਆਂ ਵਰਪਾਉਣਾ ਉਹ ਕਹਿੰਦੇ ਅਸੀਂ ਫੜ ਕੇ ਦਿੱਤਾ ਉਹਨਾਂ ਨੂੰ 26 ਜਨਵਰੀ ਆ ਰਹੀ ਹੈ ਮੁੱਖ ਮੰਤਰੀ ਸਭ ਤੋਂ ਸਾਰਿਆਂ ਨੂੰ ਸਨਮਾਨ ਕਰਾ ਦਿਓ ਇਹ ਬਾਪਰ ਕੀ ਰਿਹਾ ਹੈ ਅੱਜ ਸਾਰੀ ਵਿਰੋਧੀ ਪਾਰਟੀਆਂ ਦੇ ਨਕਸ਼ੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਆ ਗਿਆ ਕਿਆ ਪੁਲਿਸ ਹੈ ਤੁਹਾਡੀ ਜਿਹਦੀ ਹਾਜ਼ਰੀ ਦੇ ਵਿੱਚ ਸ਼ਰੇਆਮ ਬੰਦਾ ਕਤਲ ਕਰਕੇ ਤੁਰ ਜੇ ਫਿਰ ਇਹਨਾਂ ਤੋਂ ਅੰਗ ਰੱਖ ਕੇ ਮੰਗਦੇ ਕਾਦੇ ਵਾਸਤੇ ਹੋ ਅੰਗ ਰੱਖੇ ਕ ਰਾਖੀ ਵਾਸਤੇ ਨੇ ਤੇ ਬਿਨਾਂ ਪਰੇ ਤੋੜ ਕੇ ਉਹਦੀ ਜਾਣਕਾਰੀ ਨਸ਼ਰ ਕਰ ਦਿੱਤੀ ਜਾਂਦੀ ਹੈ ਤੇ ਬਹੁਤ ਸਾਰੇ ਆਗੂ ਇਹ ਕਹਿੰਦੇ ਨੇ ਬੀਰਖਾ ਸਾਹਿਬ ਬੋਲੇ ਕਿ ਨੇਰੋ ਬੰਸਰੀ ਵੀ ਜਾ ਰਿਹਾ ਸੀ ਰੋਮ ਸੜ ਰਿਹਾ ਸੀ ਅੱਜ ਸਥਿਤੀ ਸਾਡੀ ਇਹ ਐ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਚ ਬਹਿੰਦਾ ਹੀ ਨਹੀਂ ਉਹ ਕਦੇ ਹਿਮਾਚਲ ਚ ਆ ਜਾਂਦਾ ਤੇ ਕਦੇ ਉੱਥੇ ਜਾ ਵੜਦਾ ਗੁਜਰਾਤ ਦੇ ਵਿੱਚ ਇਹ ਪੰਜਾਬ ਐ ਸਰਦੀ ਸੂਬਾ ਐ ਤੁਹਾਨੂੰ ਇੱਥੇ ਬੈਠਣਾ ਪਏਗਾ ਉਹ ਨੌਜਵਾਨ ਜਿਹੜਾ ਉੱਥੇ ਆਇਆ ਉਹਦੀ ਕਾਰ ਦੇ ਉੱਤੇ ਇੱਕ ਵਿਸ਼ੇਸ਼ ਸਟicker ਲੱਗਿਆ ਹੋਇਆ ਸੀ ਉਸ ਸਟicker ਨੂੰ ਦੇਖ ਕੇ ਉੱਥੇ ਬੈਠੇ ਹੋਏ ਪੁਲਿਸ ਕਰਮਚਾਰੀ ਐਸ ਐਚ ਓ ਆ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਬੰਦਾ ਹਥਿਆਰ ਲੈ ਕੇ ਉੱਥੇ ਪਹੁੰਚ ਗਿਆ ਚਲੋ ਇਹ ਸੁਧੀਰ ਸੂਰੀ ਤੇ ਫੇਰ ਕੀਤੇ ਨੇ ਤੇ ਜੇ ਇਹ ਫੇਰ ਦਾ ਮੂਹ ਕਿਸੇ ਪਾਸੇ ਨੂੰ ਹੋਰ ਕਰ ਦਿੰਦਾ ਫੇਰ ਉਹਨਾਂ ਦਾ ਨੁਕਸਾਨ ਵੀ ਹੋ ਜਾਂਦਾ ਜਿਵੇਂ ਸੂਰੀ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜਿਸ ਵਿਅਕਤੀ ਤੇ ਦੋਸ਼ ਲੱਗ ਰਹੇ ਨੇ ਕਿ ਇੱਥੇ ਮਾਹੌਲ ਵਿਗਾੜਿਆ ਜਾ ਰਿਹਾ ਹੈ ਕਿੱਥੇ ਆ ਪੰਜਾਬ ਦਾ ਖੁਫੀਆ ਤੰਤਰ ਕਿੱਥੇ ਆ ਪੰਜਾਬ ਦਾ ਇਹ ਬਾਕੀ ਸਾਰੀਆਂ ਗੱਲਾਂ ਕਿ ਕਿਤੇ ਨਜ਼ਰ ਨਹੀਂ ਆ ਰਿਹਾ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਤੁਹਾਨੂੰ ਕੁਝ ਸਖਤ ਕਦਮ ਲੈਣੇ ਪੈਣਗੇ ਉਹ ਵਿਅਕਤੀ ਜਿਨ੍ਹਾਂ ਤੋਂ ਅਮਨ ਕਾਨੂੰਨ ਦੀ ਰਾਖੀ ਨਹੀਂ ਹੋ ਰਹੀ ਗੁਰੂ ਨਗਰੀ ਇੱਕ ਬਹੁਤ ਮਸ਼ਹੂਰ ਹੈ ਪਹਿਲਾ ਮਾਨਸਾ ਪੁਲਿਸ ਤੇ ਸਵਾਲ ਉੱਠਦੇ ਸੀ ਕਿ ਗੱਡੀ ਉਥੋਂ ਕ ਚੋਰੀ ਹੋਈ ਅਵਾਰਦਤ ਕਰ ਗਈ ਤੇ ਬਾਗੇਪੁਰਾਣੇ ਤੱਕ ਜਾ ਪਹੁੰਚੀ ਇਹਨਾਂ ਨੇ ਕਿਸੇ ਰਸਤੇ 'ਚ ਨਾਕਾ ਹੀ ਨਹੀਂ ਲਾਇਆ ਉਹਨਾਂ ਦੇ ਸਵਾਲ ਚੱਕ ਰਹੇ ਨੇ ਸੀਆਈਏ ਸਟਾਫ ਦੇ ਵਿੱਚੋਂ ਵੱਦਾ ਭੱਜ ਜਾਵੇ ਤੇ ਫਿਰ ਇਹਨਾਂ ਨੂੰ ਸਨਮਾਨ ਕਰਨਾ ਤਾਂ ਸਾਡਾ ਬਣਦਾ ਸੁਖਵੀਰ ਜੀ ਅੱਜ ਜਿਹੜੀ ਇਹ ਕਟੜਾ ਵਾਪਰੀ ਹੈ ਇਹ ਬਹੁਤ ਕਸਮ ਦੇ ਭਲੇਖੇ ਨਹੀਂ ਹੈਗੇ ਚਿੰਤਾਵਾਂ ਵਧਾਉਂਦੀਆਂ ਸਾਡੀ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਕੱਲ ਪਹੁੰਚ ਰਹੇ ਨੇ ਉਸੇ ਜ਼ਿਲ੍ਹੇ ਦੇ ਵਿੱਚ ਇਹ ਵੀ ਤੁਸੀਂ ਦੱਸਿਆ ਸੀ ਮੈਨੂੰ ਪਿਛਲੇ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਦਰਬਾਰ ਸਾਹਿਬ ਵੀ ਜਾਣਾ ਹੈ ਜੀ ਤੇ ਫਿਰ ﺍﻟजाम ਸਾਡੇ ਤੇ ਜੇ ਲੱਗ ਜਾ ਕਿ ਇਹ ਜਿਹੜੀ ਹਰੇਕ ਮਹਿਕਮੇ ਦੇ ਵਿੱਚ ਕੁਝ ਕਾਲੀਆਂ ਭੇਡਾਂ ਬੈਠੀਆਂ ਨੇ ਸਾਰੇ ਬੰਦੇ ਬਾੜੇ ਨਹੀਂ ਜਿਹੜੀਆਂ ਕਾਲੀਆਂ ਭੇਡਾਂ ਉੱਥੇ ਛੁਪੀਆਂ ਬੈਠੀਆਂ ਨੇ ਉਹਨਾਂ ਕਾਲੀਆਂ ਭੇਡਾਂ ਦਾ ਖਿਆਲ ਰੱਖਣਾ ਪਊਗਾ ਉਹਨਾਂ ਦਾ ਬਖਰੀਵਾ ਕਰਨਾ ਪਊਗਾ ਕਿ ਇਹਨਾਂ ਲੋਕਾਂ ਦੇ ਕਾਰਨ ਸਾਡੀ ਪੁਲਿਸ ਦੀ ਸਾਡੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਲੋਕਲ ਸੁਰੱਖਿਆ ਜਿਹੜੀ ਹੁੰਦੀ ਹੈ ਇਹ ਰਾਜਾਂ ਦਾ ਵਿਸ਼ਾ ਹੈ ਤੇ ਫਿਰ ਜੇ ਜਨਾਜਾ ਇਸ ਤਰ੍ਹਾਂ ਕੱਢਾਂਗੇ ਫਿਰ ਅਮਤਿਸ਼ਾ ਸਾਹਿਬ ਤਾਂ ਕਹਿਣਗੇ ਕਿ ਇਹਨਾਂ ਤੋਂ ਸਮਝਦਾ ਨਹੀਂ ਇਸੇ ਕਰਕੇ ਤਾਂ ਅਸੀਂ ਬਾਰਡਰ ਸਕਿਉਰਿਟੀ ਫੋਰਸ ਸੀਮਾ ਸੁਰੱਖਿਆ ਵੱਲੋਂ 50 ਕਿਲੋਮੀਟਰ ਦਾ ਏਰੀਆ ਦੇਤਾ ਤੇ ਇੰਨੀ ਵਰਗੀਆਂ ਏਜੰਸੀਆਂ ਦੇ ਦਫ਼ਤਰ ਜਿਹੜੇ ਆ ਉਹ ਰਾਜਾਂ ਦੇ ਵਿੱਚ ਖੋਲਣ ਲੱਗਿਆਂ ਇਹ ਕਰਨ ਦੇ ਯੋਗ ਨਹੀਂ ਜੇ ਕਿਧਰੇ ਜਦੋਂ ਮੋਹਾਲੀ ਦੇ ਵਿੱਚ ਵਿੱਕੀ ਮਿੱਡੂ ਖੇੜੇ ਦਾ ਕਤਲ ਹੁੰਦਾ ਇੱਕ ਇਨਪੁਟ ਦਿੱਲੀ ਪੁਲਿਸ ਨੇ ਇਹਨਾਂ ਨੂੰ ਦਿੱਤੀ ਉਹਤੇ ਕੰਮ ਕੀਤਾ ਹੁੰਦਾ ਹੋ ਸਕਦਾ ਸਿੱਧੂ ਬੁੱਸੇ ਵਾਲਾ ਨਾ ਜਾਂਦਾ ਆ ਜਿਹੜਾ ਬਟਾਲੇ ਜਲੰਧਰ ਦੇ ਕੋਲ ਜਿਹੜਾ ਉਹ ਝੰਡੂ ਚੱਕ ਪਿੰਡ ਦੇ ਵਿੱਚ ਮੁਕਾਬਲਾ ਬਣਿਆ ਉਹ ਵੀ ਤਾਂ ਦਿੱਲੀ ਤੋਂ ਪੁਲਿਸ ਦੇ ਵਿਕਰਮ ਦਈਆ ਉਹਨਾਂ ਦੇ ਇੰਸਪੈਕਟਰ ਉਹਨਾਂ ਦੇ ਪਿੱਛਾ ਕਰਦੇ ਆ ਰਹੇ ਸੀ ਇੱਥੋਂ ਤੱਕ ਪਹੁੰਚੇ ਇਹਨਾਂ ਦਾ ਤਾਂ ਕੱਖ ਨਹੀਂ ਇਹ ਤਾਂ ਦੀਪਕ ਟੀਨੂ ਵਰਗੇ ਨੂੰ ਭਜਾ ਦਿੰਦੇ ਆ ਬਾਅਦ ਦੇ ਵਿੱਚ ਪੜਿਆ ਫੇਰ ਉਹਨਾਂ ਨੇ ਇਹ ਪੰਜਾਬ ਪੁਲਿਸ ਦਾ ਜਿਹੜਾ ਇਹ ਕਰਤਾਰ ਜਾ ਰਿਹਾ ਹੈ ਔਰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਲੋਕ ਤੁਸੀਂ ਤਾਇਨਾਤ ਕਰਤੇ ਜਿਨ੍ਹਾਂ ਦਾ ਕੋਈ ਤਜਰਬਾ ਨਹੀਂ ਇਹਦੇ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ ਜੀ ਲਗਾਤਾਰ ਉਥੇ ਦਾ ਮਾਹੌਲ ਜਿਹੜਾ ਉਹ ਖਰਾਬ ਹੁੰਦਾ ਜਾ ਰਿਹਾ ਅਮਰਸਰ ਦੇ ਵਿੱਚ ਜਿਹੜਾ ਧਾਰਾ ਜਿਹੜੀ 144 ਜਿਹੜੀ ਉਹ ਵੀ ਲਾਗੂ ਹੋ ਸਕਦੀ ਹੈ ਜਿਸ ਨੂੰ ਲੈ ਕੇ ਕੱਲ ਪੰਜਾਬ ਬੰਦ ਦਾ ਜਿਹੜਾ ਸੱਦਾ ਟੱਲੋ ਸਭ ਉਹ ਵੀ ਦੇ ਦਿੱਤਾ ਗਿਆ ਜੀ ਬਿਲਕੁਲ ਜੀ ਉਹਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਕਹਿੰਦੇ ਕੱਲੂ ਪੰਜਾਬ ਬੰਦ ਕਰਾਇਆ ਜਾਵੇਗਾ ਇਹ ਨੌਬਤ ਕਿਉਂ ਆਵੀ ਜਦੋਂ ਭੰਗੂ ਸਾਹਿਬ ਇਸ ਤਰ੍ਹਾਂ ਦੇ ਬੰਦ ਹੁੰਦੇ ਨੇ ਤਾਂ ਵੱਖ-ਵੱਖ ਫਿਰਕਿਆਂ ਵਿੱਚ ਤਕਰਾਰ ਹੋਣ ਦੀਆਂ ਸਥਿਤੀਆਂ ਵੱਧ ਜਾਂਦੀਆਂ ਨੇ ਉਹਦਾ ਮੁੱਖ ਕਾਰਨ ਹੈ ਇੱਕ ਤਰ ਕਹਿੰਦੀ ਆ ਅਸੀਂ ਬੰਦ ਕਰਾਉਣਾ ਦੂਜੀ ਤਰ ਕਹਿੰਦੀ ਹੈ ਅਸੀਂ ਬੰਦ ਨਹੀਂ ਕਰਨਾ ਜਦੋਂ ਫਿਰ ਆਪਸ ਵਿੱਚ ਦੀ ਖਿੱਚਤੂ ਹੁੰਦੀ ਹੈ ਉਹਦੇ ਵਿੱਚ ਨੁਕਸਾਨ ਵੀ ਹੋ ਜਾਇਆ ਕਰਦੀ ਹੈ ਇਹ ਬੰਦ ਵਗੈਰਾ ਤੇ ਦੂਜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਇਹਦੀ ਥਾਂ ਤੇ ਇਹ ਵਰਨ ਕਰਨੇ ਚਾਹੀਦੇ ਹੈ ਕੇ ਭਵਿੱਖ ਵਿੱਚ ਇਸ ਤਰ੍ਹਾਂ ਦਾ ਨਾਂ ਵਾਪਰੇ ਸਾਡਾ ਬਹੁਤ ਵਧੀਆ ਸੂਬਾ ਹੈ ਲਗਾਤਾਰ ਇੱਥੇ ਅਮਨ ਕਾਨੂੰਨ ਵਿਗੜਦਾ ਜਾ ਰਿਹਾ ਹੈ ਫਿਰਕਿਆਂ ਦੇ ਵਿੱਚ ਸਾਡੇ ਇੱਥੇ ਉਦੋਂ ਵੀ ਬਖਰੇਵਾ ਨਹੀਂ ਪਿਆ ਜਦੋਂ ਇੱਥੇ ਇੱਕ ਦਹਾਕਾ ਜੰਗਲ ਰਾਜ ਸੀ ਕੋਈ ਬੰਦਾ ਕਾਨੂੰਨ ਨੂੰ ਸਮਝਦਾ ਨਹੀਂ ਸੀ ਲਗਾਤਾਰ ਉਹਦਾ ਜਨਾਜਾ ਨਿਕਲ ਰਿਹਾ ਸੀ ਉਦੋਂ ਵੀ ਸਾਡਾ ਫਿਰਕਿਆਂ ਦੇ ਵਿੱਚ ਕੋਈ ਵਖਰੇਮਾਨੀ ਇਹ ਸਾਰਾ ਕੁਝ ਕਰਨ ਵਾਲੀਆਂ ਏਜੰਸੀਆਂ ਤੇ ਇਹ ਰਾਜਨੀਤਿਕ ਲੋਕ ਨੇ ਸਾਡੀ ਭਾਈਚਾਰਕ ਸਾਂਝ ਤਾਂ ਇੰਨੀ ਕੁ ਮਜ਼ਬੂਤ ਹੈ ਕਿ ਕਿਸੇ ਵੀ ਅਸੀਂ ਸਮਾਜਿਕ ਧਾਰਮਿਕ ਜਾਂ ਹੋਰ ਸਮਾਗਮਾਂ ਦੇ ਵਿੱਚ ਇਕੱਤਰ ਹੁੰਨਿਆਂ ਵਿਆਹ ਸ਼ਾਦੀਆਂ ਮਰਨਿਆਂ ਦੇ ਇਕੱਠੇ ਹੁੰਨੇ ਆ ਤਾਂ ਇੱਕ ਦੂਜੇ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਭਾਈਚਾਰਕ ਸਾਂਝ ਵਧਦੀ ਵੀ ਹੈ ਇੱਕ ਦੂਜੇ ਨਾਲ ਲੋਕ ਆਪਣੇ ਆਪ ਨੂੰ ਬਹੁਤ ਵੱਡੀ ਪੱਧਰ ਤੇ ਵਧਾਉਂਦੇ ਵੀ ਹੈ ਜੀ ਜੀ ਉਧਰ ਇਹ ਗੱਲ ਕੀਤੀ ਆਵੇ ਅੰਮ੍ਰਿਤਸਰ ਦੇ ਵਿੱਚ ਸਨਾਤ ਤੋਂ ਸੀਨੀਅਰ ਪੁਲਿਸ ਅਧਿਕਾਰੀ ਔਰਨਪਾਲ ਸਿੰਘ ਦੀ ਤਾਂ ਉਹਨਾਂ ਨੇ ਲਗਾਤਾਰ ਜਿਹੜੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੋਸ਼ੀ ਸੀ ਅਸੀਂ ਉਸ ਨੂੰ ਫੜ ਲਿਆ ਤੇ ਉਸ ਦੇ ਕੋਲੋਂ ਜਿਹੜਾ ਲਾਇਸੈਂਸੀ ਹਥਿਆਰ ਹੈ ਉਹ ਵੀ ਬਰਬੰਦ ਕੀਤਾ। ਔਰ ਜਿਹੜਾ ਪਿੱਠ ਥਾਪੜ ਰਹੀ ਆ ਥਾਪੜ ਲੋ ਫੜ ਕੇ ਤਾਂ ਲੋਕਾਂ ਨੇ ਦਿੱਤਾ। ਜੀ। ਜੇ ਤੁਹਾਡੀ ਪੁਲਿਸ ਨੇ ਉੱਥੇ ਜ਼ਿੰਮੇਵਾਰੀ ਨਿਭਾਈ ਹੁੰਦੀ ਹੋ ਸਕਦਾ ਇਹ ਘਟਨਾ ਹੀ ਨਾ ਵਾਪਰਦੀ। ਇੱਕ ਤਾਂ ਗੱਲ ਇਸ ਦੇ ਨਾਲ ਕਲੀਅਰ ਹੋ ਗਈ ਹੈ ਇਹ ਔਰਨਪਾਲ ਵੀ ਕਹਿਣ। ਕਿ ਬੰਦਾ ਜੇ ਉੱਥੋਂ ਭੱਜ ਜਾਂਦਾ ਤਾਂ ਵੱਖਰੇ ਵੱਖਰੇ ਕਿਆਫੇ ਲੱਗ ਰਹੇ ਸੀ ਹੁਣੇ ਬੰਦੇ ਨੂੰ ਫੜ ਲਿਆ ਗਿਆ ਘੱਟੋ-ਘੱਟ ਇਹਦਾ ਪਤਾ ਲੱਗ ਗਿਆ ਵੀ ਆਹੇ ਬੰਦੇ ਨੇ ਕੀਤਾ ਇਹ ਬੰਦੇ ਦੇ ਪਿੱਛੇ ਕੌਣ ਆ ਉੱਥੋਂ ਤੱਕ ਪਹੁੰਚਣਾ ਜੀ ਅਜੇ ਬਾਕੀ ਹੈ ਲੱਗਦਾ ਕਿ ਅਗਲੇ ਸਮੇਂ ਦੇ ਵਿੱਚ ਜਿਹੜੀ ਪੁਲਿਸ ਦੇ ਕਰਮਚਾਰੀ ਨੇ ਉੱਥੋਂ ਤੱਕ ਜਾਣ ਦਾ ਯਤਨ ਕਰਨਗੇ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਵਾਲੀ ਟੀਮਾਂ ਨੇ ਉਹ ਉੱਥੋਂ ਤੱਕ ਜਾਣਗੇ ਤੇ ਸੱਚ ਅੱਗੇ ਤੱਕ ਜਾਵੇਗਾ ਜਾਂ ਉਦੀ ਕੋਈ ਨਿੱਜੀ ਰੰਜਿਸ਼ਤਾ ਨਹੀਂ ਜੀ ਕਿਉਂਕਿ ਜਿਸ ਤਰ੍ਹਾਂ ਦੇ ਬਿਆਨ ਇਹ ਸੁਧੀਰ ਸੂਰੀ ਵੀ ਦਿਆ ਕਰਦਾ ਸੀ ਇਹ ਵੀ ਕੋਈ ਬਹੁਤੇ ਸਵੱਲੇ ਨਹੀਂ ਸਨ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਭਾਵੇਂ ਉਹ ਸੂਰੀ ਹੋਵੇ ਭਾਵੇਂ ਕੋਈ ਦੂਜੇ ਫਿਰਕੇ ਦਾ ਹੋਵੇ ਕੋਈ ਵੀ ਹੋਵੇ ਜਿਹਦੇ ਨਾਲ ਸਾਡਾ ਭਾਈਚਾਰਕ ਸਾਜ ਨੂੰ ਖਤਰਾ ਪੈਂਦਾ ਹੋਵੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜੀ ਟੇਲ ਸਾਹਿਬ ਜਿਸ ਤਰ੍ਹਾਂ ਦੀ ਗੱਡੀ ਤੇ ਲੱਗੀ ਜਿਹੜੀ ਤਸਵੀਰ ਸਾਹਮਣੇ ਆਈ ਉਸ ਨੂੰ ਲੈ ਕੇ ਜਿਹੜਾ ਧਾਰਮਿਕ ਮਾਮਲਾ ਜਿਹੜਾ ਬਣਾਉਣ ਦੀ ਜਿਹੜੀ ਹੁਣ ਕੋਸ਼ਿਸ਼ ਹੋ ਸਕਦੀ ਹੈ ਭਗਤ ਸਾਹਿਬ ਉਹ ਪਹਿਲਾਂ ਤਾਂ ਇਹ ਪੜਤਾਲ ਕਰਨੀ ਪਊਗੀ ਉਹ ਗੱਡੀ ਇਹਦੀ ਆਪਦੀ ਹੈ ਜੀ ਹੋ ਸਕਦਾ ਕਈ ਵਾਰੀ ਅਸੀਂ ਗੱਡੀ ਕਿਸੇ ਦੀ ਫੜ ਵੀ ਲਿਉਣੀ ਹੈ ਫਿਰ ਇਹ ਪਤਾ ਕਰਨਾ ਪਊਗਾ ਇਹ ਕਿਸੇ ਜਥੇਬੰਦੀ ਦਾ ਮੈਂਬਰ ਤਾਂ ਨਹੀਂ ਜੀ ਇਹਦਾ ਕੋਈ ਪਿਸ਼ੋਕਰ ਪੁਰਾਣਾ ਅਪਰਾਧਿਕ ਮਾਮਲਿਆਂ ਦਾ ਤਾਂ ਨਹੀਂ ਇਹਦੇ ਨਾਲ ਕੋਈ ਹੋਰ ਜਿਹੜੇ ਆ ਉਹ ਨਾਲ ਜੁੜਨ ਵਾਲੇ ਤਾਂ ਨਹੀਂ ਇੱਥੇ ਜਿਹੜੀ ਸਭ ਤੋਂ ਵੱਡੀ ਫੇਲਰ ਹੋਈ ਹੈ ਉਹ ਖੁਫੀਆ ਤੰਤਰ ਦੀ ਹੋਈ ਹੈ ਇਹ ਦਾਗਮਜੇ ਸਾਡੀ ਪੁਲਿਸ ਬਹੁਤ ਮਾਰਦੀ ਹੈ ਪਰ ਪੱਲੇ ਇਹਨਾਂ ਦੇ ਕੱਖ ਨਹੀਂ ਐਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਸਾਰੀ ਪੁਲਿਸ ਦਾ ਅਕਸ ਬਗਾੜ ਦਿੰਦੇ ਆ ਹਾਲਾਂਕਿ ਇਸੇ ਪੁਲਿਸ ਦੇ ਵਿੱਚ ਬਹੁਤ ਬਹਾਦਰ ਤੇ ਬਹੁਤ ਚੰਗੇ ਚੰਗੇ ਕਰਮਚਾਰੀ ਤੇ ਅਧਿਕਾਰੀ ਵੀ ਕੰਮ ਕਰ ਰਹੇ ਨੇ ਜਿਹੜੀਆਂ ਆਪਣੀਆਂ ਜਾਨਾਂ ਨੂੰ ਜੋਖਮ 'ਚ ਪਾ ਕੇ ਉਹ ਵੱਡੇ ਵੱਡੇ ਕੰਮ ਕਰਦੇ ਆ ਜੀ ਉਦੋਂ ਇੱਕ ਗੱਲ ਕੀਤੀ ਹੈ ਵਾਜीडीपीसी ਚੋਣਾਂ ਦੀ ਤਾਂ ਉਸ ਨੂੰ ਉਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਨੇ ਤੇ ਉੱਥੇ ਹੀ ਧਾਰਮਿਕ ਜਿਹੜੇ ਆਗੂ ਨੇ ਉਹ ਵੀ ਸਰਗਰਮ ਦਿਖਾਈ ਦੇ ਰਹੇ ਨੇ ਜੇਕਰ ਗੱਲ ਕੀਤੀ ਹੈ ਬੀਬੀ ਜਗੀਰ ਕੌਰ ਦੀ ਤਾਂ ਬੀਬੀ ਜਗੀਰ ਕੌਰ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਵੀ ਲਗਾਤਾਰ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਕਈ ਹਲਕਿਆਂ ਦੇ ਵਿੱਚ ਇਹਦਾ ਉਹਨਾਂ ਨੇ ਦੌਰਾ ਵੀ ਕੀਤਾ ਦੇਖੋ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦਾ ਪ੍ਰਧਾਨ ਹੈ ਜੀ ਪ੍ਰਧਾਨ ਹੈ ਉਹ ਜਿੰਨੇ ਕੁ ਬੰਦੇ ਹੁਣ ਖੜੇ ਕੀਤੇ ਅਜੇ ਬੀਬੀ ਜ਼ਗੀਰ ਕੌਰ ਦੀ ਗੱਲ ਮੰਨ ਲਈਏ ਉਹ ਕਹਿੰਦੇ 25 26 ਵਿਰੋਧ ਚ ਨੇ ਉਹ ਬੀਬੀ ਕਹਿੰਦੀ ਮੈਂ ਕਿਹਾ ਵੀ ਉਹ ਵੀ ਤਾਂ ਆਪਣੇ ਨੇ ਕਿਸੇ ਕਾਰਨ ਕਰਕੇ ਉਹ ਬੇਮੁਖ ਹੋਏ ਨੇ ਉਹਨਾਂ ਨੂੰ ਆਪਾਂ ਨਾਲ ਲੈ ਲਈਏ ਔਰ 2011 ਦੇ ਵਿੱਚ ਜਿਵੇਂ ਇਹ ਸ਼ਰੂਮਣੀ ਕਮੇਟੀ ਮੈਂਬਰ ਬਣੇ ਸੀ ਜੇ ਉਸ ਵੇਲੇ ਦੇ ਬੂਥਾਂ ਦੀ ਵੀਡੀਓਗ੍ਰਾਫੀ ਲੋਕ ਕਚਹਿਰੀ 'ਚ ਰੱਖ ਦਿੱਤੀ ਜਾਵੇ ਬਹੁਤ ਸਾਰਿਆਂ ਨੇ ਦੇਖੀ ਹੈ ਮੈਂ ਵੀ ਦੇਖੀ ਹੈ ਜੀ ਤਾਂ ਤੁਹਾਨੂੰ ਆਪਣੇ ਮੂੰਹ ਤੇ ਆਪ ਚਪੇੜਾਂ ਮਾਰਨ ਦਾ ਜੀ ਕਰੂਗਾ ਕਿ ਆਹ ਚੋਣਾ ਸਾਡੀ ਚੋਰ ਹੋਵੇ ਧਾਰਮਿਕ ਬੂਥਾ ਤੱਕ ਨਸ਼ਾ ਪਿਆ ਹੋਵੇ ਚੋਰ ਹੋਵੇ ਧਾਰਮਿਕ ਸਿੱਖ ਆਗੂ ਇਹ ਸਹਿਜ ਧਰਗਿਆਂ ਨੂੰ ਵਿੱਚੋਂ ਕਢਾ ਲਿਆ ਏ ਤੇ ਜਿਹੜੇ ਰੋਡੇ ਕੋਡੇ ਉੱਥੇ ਬੂਟਾ ਪਾ ਰਹੇ ਨੇ ਲਾਈਨ 'ਚ ਖੜੇ ਉਦੋਂ ਲੱਗਦਾ ਕਿ ਇਹ ਦਸਵੇਸ਼ ਪਾਤਸ਼ਾਹ ਦੀਆਂ लाਡਲੀਆਂ ਫੌਜਾਂ ਦੇ ਰੂਪ ਵਿੱਚ ਚੋਣ ਕੀਤੀ ਜਾ ਰਹੀ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੱਜਦਰ ਸਾਹਿਬ ਇਹ ਤਾਂ ਰੋਜ਼ ਕਹਿੰਦੇ ਨੇ ਕਿ ਸਥਾਮਾ ਕਮਜ਼ੋਰ ਕਰਤੀਆਂ ਪਰ ਉਹ ਕਮਜ਼ੋਰ ਕਿਵੇਂ ਹੋਈਆਂ ਕਿਹਨੇ ਕੀਤੀਆਂ ਕਦੇ ਉਹ ਪੁਆਇੰਟ ਆਊਟ ਕਰਕੇ ਬੁਲਾਇਆ ਇਹਨਾਂ ਨੇ ਕਿ ਤੇਰੇ ਕਾਰਨ ਹੋਇਆ ਜਦੋਂ ਬੰਦੀ ਸਿੰਘਾ ਦੇ ਮਾਮਲੇ 'ਚ 3 ਮਈ ਨੂੰ ਇਹਨਾਂ ਨੇ ਇਕੱਤਰਤਾ ਸੱਦੀ ਕੁਝ ਆਗੂਆਂ ਨੇ ਉੱਥੇ ਕਿਹਾ ਕਿ ਉਹਨਾਂ ਲੋਕਾਂ ਨੂੰ ਪ੍ਰੇ ਕਰ ਦਿਓ ਜਿਨ੍ਹਾਂ ਕਰਕੇ ਇਹ ਸਾਰਾ ਪਠਾ ਬੈਠਿਆ ਹੈ ਸਾਰਾ ਖਾਲਸਾ ਪੰਥ ਇਕੱਠਾ ਤੇ ਇਕੱਠਾ ਹੋ ਜੂਗਾ। ਬੀਬੀ ਜਗੀਰ ਕੌਰ ਨੇ ਇੱਕ ਜਵਾਬ ਆਪਣਾ ਬੜੇ ਦਲੇਰ ਨਾਲ ਢੰਗ ਨਾਲ ਕੀਤਾ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਅਕਾਲੀ ਦਲ ਦੇ ਮੈਂਬਰ ਤਾਂ ਰਹੇ ਨਹੀਂ ਅਕਾਲੀ ਦਲ ਤੋਂ ਕੱਢਣ ਲੱਗਿਆ ਮੈਂ ਕਈ ਆਗੂਆਂ ਨੇ ਇਹਦੇ ਤੇ ਵਿਰੋਧਤਾ ਵੀ ਪ੍ਰਗਟ ਕੀਤੀ ਵੀ ਨਾ ਐ ਨਾ ਕਰੋ। ਇਹਦੇ باوجود ਜੇ ਉਹ ਇਹ ਗੱਲ ਕਹਿੰਦੇ ਨੇ ਉਹ ਕਹਿੰਦੀ ਮੈਂ ਖਾਲਸਾ ਪੰਥ ਦੀ ਉਮੀਦਵਾਰਾ ਨਾ ਕਿ ਅਕਾਲੀ ਦਲ ਦੀ। ਇਸ ਵਾਰ ਇਹ ਵੀ ਇੱਕ ਅਜੀਬ ਕਿਸਮ ਦੀ ਸਥਿਤੀ ਬਣ ਰਹੀ ਹੈ। ਨੌ ਤਰੀਕ ਨੂੰ ਪਤਾ ਲੱਗੇਗਾ ਕਿ ਵਿਰੋਧੀ ਧਿਰਾਂ ਵਾਲੇ ਤੋੜ ਸਕਣਗੇ ਕੋਈ ਟੁੱਟ ਭੱਜ ਹੁੰਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਹੁ ਗਿਣਤੀ ਮੈਂਬਰਾਂ ਨੂੰ ਆਪਣੇ ਨਾਲ ਰੱਖਣ ਚ ਕਾਮਯਾਬ ਹੁੰਦੇ ਹੈ ਜੀ ਇਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਸੂਰੀ ਦੇ ਕਤਲ ਦੀ ਤਾਂ ਉਸ ਨੂੰ ਲੈ ਕੇ ਜਿਹੜੀਆਂ ਸਿਆਸੀ ਸਰਗਰਮੀਆਂ ਨੇ ਉਹ ਵੀ ਇਸ ਤਰ੍ਹਾਂ ਗਰਮ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤੇਜਿੰਦਰਪਾਲ ਬੱਗਾ ਦੀ ਜੋ ਕਿ ਭਾਜਪਾ ਦੀ ਆਗੂ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਜਿਸ ਨੂੰ ਲੈ ਕੇ ਉਹਨਾਂ ਨੇ ਕੇਜਰੀਵਾਲ ਤੇ ਰਘਵ ਚੱਡਾ ਦੇ ਉੱਤੇ ਜਿਹੜੇ ਨਿਸ਼ਾਨੇ ਸਾਧਣ ਟਲ ਸਾਬ ਜਿਸ ਵੇਲੇ 2017 ਦੇ ਵਿੱਚ ਇੱਥੇ ਚੋਣਾ ਹੋਈਆਂ ਸੀ ਤਾਂ ਅਰਵਿੰਦ ਕੇਜਰੀਵਾਲ ਮੋਗੇ ਦੇ ਇੱਕ ਖੜਕੂ ਪਰਿਵਾਰ ਦੇ ਘਰ ਦੇ ਵਿੱਚ ਗਏ ਸਨ ਤੇਜਿੰਦਰਪਾਲ ਬੱਗਾ ਇਹ ਉਹੀ ਆਗੂ ਹੈ ਜਿਹਨਾਂ ਨੂੰ ਇਹ ਪੰਜਾਬ ਦੀ ਪੁਲਿਸ ਹਰਿਆਣਾ ਦਿੱਲੀ ਤੋਂ ਫੜ ਲਿਆਈ ਕਿਹੜਾ ਕੇਜਰੀਵਾਲ ਦੀਆਂ ਬਦਨਾਮੀ ਪੰਜਾਬ ਪੁਲਿਸ ਦੀ ਹਰਿਆਣਾ ਵਾਲਿਆਂ ਨੇ ਰਸਤੇ 'ਚ ਘੇਰ ਲਿਆ ਰਸਤੇ 'ਚ ਘੇਰ ਕੇ ਉਹਨਾਂ ਨੇ ਤੇਜਿੰਦਰਪਾਲ ਬੱਗਾ ਨੂੰ ਛਡਾਲਿਆ ਬਾਅਦ ਦੇ ਵਿੱਚ ਉਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਚਲਿਆ ਗਿਆ ਜਿੱਥੇ ਜਾ ਕੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਉਹਦੇ ਵਿਰੁੱਧ ਦਾਇਰ ਕੀਤਾ ਰੋਪੜ ਦੇ ਜ਼ਿਲ੍ਹੇ ਵਿੱਚੋਂ ਕੇਸ ਰੱਦ ਕਰਤਾ ਸੀ ਜੀ ਤੇਂਦਰਪਾਲ ਬੱਗਰ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਟਲ ਸਾਹਿਬ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਰਾਘਵ ਚੱਡਾ ਦੇ ਕੇਜਰੀਵਾਲ ਖਾਲਸਤਾਨੀ ਪ੍ਰੇਮੀ ਨੇ ਮਰਵਾਇਆ ਹਿੰਦੂ ਨੇਤਾ ਜੀ ਉਹਨਾਂ ਦਾ ਟਵੀਟ ਦੇ ਵਿੱਚ ਇਹ ਲਿਖਣਾ ਜਿਸ ਨੂੰ ਲੈ ਕੇ ਜਿਹੜਾ ਸਿਆਸੀ ਸਰਗਰਮੀਆਂ ਹੋਰ ਵੀ ਜਿਹੜੀਆਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਦੇਖੋ ਇਹ ਗੱਲ ਬਿਲਕੁਲ ਕਲੀਅਰ ਹੈ ਮੈਂ ਤੁਹਾਨੂੰ ਤਾਹੀਦਾ ਕਿਹਾ ਕਿ ਜਦੋਂ ਇਹ ਕੇਜਰੀਵਾਲ ਉਸ ਮੋਗੇ ਦੇ ਵਿੱਚ ਇੱਕ ਖੜਕੂ ਪਰਿਵਾਰ ਦੇ ਘਰੇ ਰਾਤ ਰਿਹਾ ਉਸੇ ਵੇਲੇ ਮੌੜ ਬੰਬ ਬਲਾਸਟ ਵੀ ਹੋਇਆ ਸੀ ਜੀ ਇਹਨਾਂ ਦੀ ਵੀ ਸਰਕਾਰ 7 ਮਹੀਨੇ ਲੰਘ ਗਏ ਦੱਸ ਦਿੰਦੇ ਹੁਣ ਮੌੜ ਬੰਬ ਬਲਾਸਟ ਕੀਤਾ ਕਿਹਨੇ ਸੀ ਸੋ ਇਹ ਜਿਹੜੀਆਂ ਸਿਆਸਤਦਾਨਾਂ ਦੀਆਂ ਚਾਲਾਂ ਨੇ ਇਹਨਾਂ ਨੇ ਪਹਿਲਾਂ ਪੰਜਾਬ ਨੂੰ ਸੂਬੇ ਤੋਂ ਸੂਬੇ ਬਨਵਾਇਆ ਫਿਰ ਇਥੇ ਖੜਕੂ ਬਾਦ ਦੀ ਬਰਾਦਨ ਦੇ ਬਾਦਲ ਸਾਹਿਬ 96 97 ਚ ਆ ਕੇ ਇਹਦਾ ਕਮਿਸ਼ਨ ਨਾਲੇ ਪਤਾ ਲੱਗ ਜਾਂਦਾ ਕੀਦਾ ਕਿਦੀ ਕਿਹੜੀ ਭੂਮਿਕਾ ਹੈ ਤੇ ਜਦੋਂ ਕਈ ਵਾਰ ਕਟੰਡੀਆਂ ਆਪਣੇ ਘਰਾਂ ਵਾਲਿਆਂ ਨੂੰ ਤੁਰ ਪੈਂਦੀਆਂ ਨਾ ਤੇ ਫਿਰ ਇਹਨਾਂ ਦੇ ਦੋਗਲੇ ਚਿਹਰੇ ਆ ਜਿਹੜੇ ਉਹ ਨਜ਼ਰ ਆਉਣ ਲੱਗ ਜਾਂਦੇ ਨੇ ਜੀ ਜੇਕਰ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਆਪਣੇ ਪ੍ਰਧਾਨ ਦਾ ਜਿਹੜਾ ਨਾਮ ਆ ਉਮੀਦਵਾਰ ਦਾ ਉਹ ਵੀ ਅਨਾਉਂਸ ਕਰ ਦਿੱਤਾ ਹਾਂ ਉਹਨਾਂ ਨੇ ਮੌਜੂਦਾ ਪ੍ਰਧਾਨ ਇਹ ਤਾਂ ਅਨਾਉਂਸਮੈਂਟ ਕਰਨੀ ਬਾਕੀ ਸੀ ਭੰਗੂ ਸਭਾ ਬਕ ਕਿੰਨੇ ਪ੍ਰੋਗਰਾਮ ਚ ਕਰ ਲਿਆ ਸੀ ਜੀ ਕਿ ਉਹਨਾਂ ਨੇ ਦਾਇਕਤੀ ਹਰਜਿੰਦਰ ਸਿੰਘ ਧਾਮੀ ਦੀ ਖੇਡਣਾ ਹਰਜਿੰਦਰ ਸਿੰਘ ਧਾਮੀ ਤੋਂ ਵਧੀਆ ਉਹਨਾਂ ਨੂੰ ਕਿਹੜਾ ਮਿਲ ਸਕਦਾ ਜਿਹੜਾ ਉਹਨਾਂ ਦੀ ਬੋਲੀ ਬੋਲਦਾ ਹੈ ਜੀ ਜਥੇਦਾਰ ਨੂੰ ਇੱਕ ਪਾਸੇ ਸਾਰੇ ਕਹਿੰਦੇ ਨੇ ਕਿ ਅਕਾਲ ਤਖਤ ਦਾ ਸੁਪਰੀਮ ਆ ਸਿੱਖ ਧਰਮ ਚ ਜੀ ਉਹਨੇ ਮਈ ਦੇ ਮਹੀਨੇ ਵਿੱਚ ਕਿਹਾ ਕਿ ਸਰਵਣੇ ਕਮੇਟੀ ਨੂੰ ਮੈਂ ਹਦਾਇਤ ਕਰਦਾ ਉਹ ਆਪਣਾ ਚੈਨਲ ਬਣਾਉਂ ਇੱਕ ਹਫ਼ਤੇ 15 ਦਿਨਾਂ ਚ ਤੇ YouTube ਚੈਨਲ ਤੋਂ ਬਾਅਦ ਜਿਹੜਾ ਸੈਟੇਲਾਈਟ ਚੈਨਲ ਆ ਉਪਗ੍ਰਾਹ ਚੈਨਲ ਹੈ ਇਹ ਇੱਕ ਮਹੀਨੇ ਦੇ ਵਿੱਚ ਬੜਾਉਣ ਬਣ ਗਿਆ ਜੀ ਮੰਨ ਲਈ ਧਾਮੀ ਇੱਕ ਬੰਦੇ ਨੇ ਪੁੱਛਿਆ ਵੀ ਧਾਮੀ ਸਾਹਿਬ ਤੁਹਾਨੂੰ ਕਿਹਾ ਜੱਥੇਦਾਰ ਨੇ ਕੋਈ ਗੱਲ ਕਰੋ ਤੇ ਜਦੋਂ ਇਹ ਤੁਹਾਨੂੰ ਯਾਦ ਹੈ ਇਹ ਡੇਰੇ ਵਾਲੇ ਤੇ ਗਏ ਸੀ ਤੇ ਜੱਥੇਦਾਰ ਸਾਹਿਬ ਨੇ ਕਿਵੇਂ ਬੜਕਬਾਰੀ ਜਿਹਾ ਤੇ ਚਲੋ ਪ੍ਰਕਰਮਾ ਕਰਕੇ ਆਓ ਇਧਰ ਦੀ ਆਓ ਉਧਰ ਦੀ ਆਓ ਲੱਗਦਾ ਸੀ ਕਿ ਬੜੇ ਜੱਥੇਦਾਰ ਸਾਹਿਬ ਨੇ ਤਾਂ ਕਮ ਹਾਲੇ ਹਟਾ ਕਲੀ ਬੁਲਾ ਸਕ ਤੋਂ ਵੀ ਅੱਗੇ ਜਾਣਗੇ ਤੇ ਪਤਾ ਉਦੋਂ ਲੱਗੇ ਜਦ ਸਾਰਾ ਕੁਝ ਠੁੱਸ ਹੋ ਗਿਆ 328 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਕੀ ਕੀਤਾ ਜੱਜ ਦਰ ਸਾਹਿਬ ਨੇ ਜੀ ਉੱਥੇ ਸਿੱਖ ਸੰਗਤਾਂ ਧਰਨੇ ਤੇ ਬੈਠੀਆਂ ਨੇ ਸੋ ਜਦੋਂ ਤੱਕਰ ਕਹਿਣੀ ਤੇ ਕਰਨੀ ਪਤਾ ਸੀ ਸਾਰਿਆਂ ਨੂੰ ਕਿ ਇਹਨਾਂ ਨੇ ਹਰਜਿੰਦਰ ਸਿੰਘ ਧਾਮੀ ਤੇ ਹੀ ਇਹ ਦਾਅ ਖੇਡਣੇ ਕੱਲੂ ਇਹ ਦੀ ਪਤਾ ਜੇ ਕੋਈ ਹੋਰ ਬਾਣਾ ਵਰਤ ਜੇ ਤੇ ਫਿਰ ਉਹ ਕਿਸ ਪਾਸੇ ਵੱਲ ਜਾਣਗੇ ਜੀ ਜੀ ਉਦੋਂ ਇਹ ਅਗਰ ਗਲ ਕੀਤੀ ਆ ਪਟਿਆਲਾ ਜੇਲ੍ਹ ਦੇ ਵਿੱਚ ਬਣਨ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੂਤ ਸਿੰਘ ਸਿੱਧੂ ਸੀ ਤਾਂ ਉਹਨਾਂ ਦੀ ਅਦਾਲਤ ਦੇ ਵਿੱਚ ਅੱਜ ਜੀਡੀ ਪੇਸ਼ੀ ਸੀ ਉਹ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਹੈ ਜੀ ਬਿਲਕੁਲ ਉਹਨਾਂ ਦੀ ਪੇਸ਼ੀ ਹੋਈ ਜੀ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਕਿ ਆਓ ਉਹ ਕਹਿੰਦਾ ਮੇਰੀ ਸੁਰੱਖਿਆ ਨੂੰ ਖਤਰਾ ਫਲਾਣਾ ਖਤਰਾ ਪਤਾ ਨਹੀਂ ਉਹ ਸਿੱਧਾ ਤੌਰ ਤੇ ਜਾਣਾ ਕਿਉਂ ਨਹੀਂ ਚਾਹੁੰਦਾ ਜਿਹੜਾ ਬਲਵਿੰਦਰ ਸਿੰਘ ਸੇਖੋਂ ਆ ਸਾਬਕਾ ਡੀਐਸਪੀ ਹੈ ਉਹ ਬਹੁਤ سارے ਸਵਾਲ ਚੱਕਦਾ ਵੀ ਮੈਂ ਤਾਂ ਇਹਦੇ ਕਰਕੇ ਇਹਦੀ ਇਨਕੁਆਰੀ ਦੇ ਕਰਕੇ ਉਹ ਸਾਰਾ ਕੁਝ ਕੀਤਾ ਸੀ ਅੱਜ ਵੀਡੀਓ ਕਾਨਫਰੰਸ ਰਾਈ ਪਿੱਛੀ ਹੋਣੀ ਸੀ ਉਹ ਹੋ ਨਹੀਂ ਸਕੀ ਇਹਦੀ ਅਗਲੀ ਤਰੀਕ ਹੈ ਜਿਹੜੀ 14 ਨਵੰਬਰ ਤੇ ਪਾ ਦਿੱਤੀ ਗਈ ਜੀ ਇਸ ਤੋਂ ਇਲਾਵਾ ਇੱਕ ਗੱਲ ਕੀਤੀ ਹੈ ਪਰਾਲੀ ਦਾ ਮੁੱਦਾ ਵੀ ਤਾਂ ਪੰਜਾਬ ਵਿੱਚ ਲਗਾਤਾਰ ਕਈ ਕਿਸਾਨਾਂ ਦੇ ਵੱਲੋਂ ਪਰਾਲੀ ਸਾੜੀ ਯਾਰੀਆਂ ਜੇਕਰ ਕੋਈ ਪੁਲਿਸ ਜੇਕਰ ਕੋਈ ਸੀਨੀਅਰ ਅਧਿਕਾਰੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਸ ਜਗ੍ਹਾ ਦੇ ਉੱਤੇ ਬੰਦੀ ਵੀ ਬਣਾ ਲਿਆ ਜਾਂਦਾ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਇਸ ਜਿਹੇ ਮਾਮਲੇ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ ਦੱਕੋ ਬੰਦਕ ਬਣਾਉਣਾ ਜਾਂ ਦੂਜਾ ਕਾਨੂੰਨ ਆਪਣੇ ਹੱਥਾਂ ਚ ਲੈਣਾ ਇਹ ਬਹੁਤ ਬਾੜਾ ਹੈ ਜਿੱਦਣ ਕਿਸੇ ਨੇ ਸ਼ਕਤੀ ਨਾਲ ਇਹ ਕਦਮ ਨੂੰ ਲੈ ਲਿਆ ਪਰਚਾ ਦਰਜ ਕਰਤਾ ਤੇ ਫਿਰ ਨਾਨੀ ਚੇਤੇ ਆ ਜਾਂਦੇ ਹੁੰਦੀਆਂ ਜੇਲ੍ਹ ਚ ਬੈਠਿਆਂ ਨੂੰ ਕਿਸੇ ਨੂੰ ਆਪਣੇ ਹੱਥ ਚ ਲੈਣਾ ਨਹੀਂ ਚਾਹੀਦਾ ਇਹਦਾ ਸਰਬ ਪ੍ਰਬੰਧਤ ਹੱਲ ਕੱਢੋ ਜੇ ਅਗਲੇ ਸਾਲ ਤੱਕ ਸਰਕਾਰ ਚਾਹੁੰਦੀ ਹੈ ਕਿ ਨਾ ਸੜੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਧਿਕਾਰੀਆਂ ਨੂੰ ਖੇਤੀ ਅਧਿਕਾਰੀਆਂ ਨੂੰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹਦਾ ਜ਼ਮੀਨੀ ਹਕੀਕਤ ਤੇ ਬਹਿ ਕੇ ਹੱਲ ਨਿਕਲੇਗਾ ਨਾ ਕਿ ਇੱਥੇ ਜਿਹੜੀਆਂ ਮਸ਼ੀਨਾਂ ਦਿੱਤੀਆਂ ਗਈਆਂ ਉਹ ਮਸ਼ੀਨਾਂ ਵੀ ਲੈਣ ਵਾਲਿਆਂ ਨੇ ਅੱਗਾ ਲਾਤੀਆਂ ਅੱਜ ਸਾਨੂੰ ਸੇਮੇ ਪਿੰਡਾ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਉੱਥੋਂ ਇੱਕ ਆਈਸੀ ਦਰਸ਼ਨ ਸਿੰਘ ਸੇਮਾ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਉਹ ਮਸ਼ੀਨਾਂ ਦੀ ਦੁਰਵਰਤੋਂ ਹੋ ਰਹੀ ਹੈ ਜਿਹੜੇ ਬੰਦੇ ਸਬਸਿਟੀਆਂ ਵੀ ਲੈ ਗਏ ਕਈ ਉਹਨਾਂ ਨੂੰ ਬਦਲ ਕੇ ਹੋਰ ਮਸ਼ੀਨਾਂ ਲੈ ਗਏ ਕਈਆਂ ਨੇ ਗਰੁੱਪ ਦੇ ਵਿੱਚ ਲਈਆਂ ਨੇ ਕਈਆਂ ਨੇ ਵਿਅਕਤੀਗਤ ਤੌਰ ਤੇ ਲਈਆਂ ਨੇ ਇਹ ਸਾਰਿਆਂ ਦੇ ਉੱਤੇ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਭਾਲ ਧਾਲੀਵਾਲ ਸਾਹਿਬ ਇਹਦੀ ਪੜਤਾਲ ਕਰੋ ਜਿਨ੍ਹਾਂ ਨੇ ਸਰਕਾਰ ਤੋਂ ਸਬਸਿਟੀ ਦੀਆਂ ਮਸ਼ੀਨਾਂ ਵੀ ਲੈ ਲਈਆਂ ਫੇਰ ਅੱਗਾਂ ਲਈਆਂ ਨੇ ਉਹਨਾਂ ਤੇ ਤਾਂ ਘਟੋ-ਘਟ ਪਰਚਾ ਦਰਜ ਕਰ ਦਿਓ ਜੀ ਅਸੀਂ ਕਿਸਾਨਾਂ ਦੇ ਹੱਕ 'ਚ ਖੜਦੇ ਆਂ ਪਰ ਜਦੋਂ ਕਿਸਾਨ ਇਸ ਤਰ੍ਹਾਂ ਦਾ ਕੰਮ ਆਪ ਵੀ ਨਹੀਂ ਕਰਦੇ ਸਾਨੂੰ ਬਹੁਤ ਕਿਸਾਨਾਂ ਦੇ ਅੱਜ ਫੋਨ ਆਏ ਕਿ ਜੀ ਮੇਰੇ ਕੋਲ ਇੰਨੇ ਕਿੱਲੇ ਐ ਮੈਂ ਉਹਨੂੰ ਬਚਾਲਿਆ ਅਸੀਂ ਪਰਾਲੀ ਵੱਢਤੀ ਗਊਸ਼ਾਲਾ ਨੂੰ ਦੇਤੀ ਕਿਤੇ ਹੋਰ ਦੇਤੀ ਪਿੰਡਾਂ ਦੇ ਵਿੱਚ ਜਿੱਦਨ ਤੁਸੀਂ ਭਾਈਚਾਰਕ ਸਾਂਝ ਕਾਇਮ ਕਰਕੇ ਇਕੱਠੇ ਹੋ ਕੇ ਕੰਮ ਕਰਨ ਲੱਗੇ ਇਹ ਕੱਖ ਨਹੀਂ ਰਹਿਣੀ ਇਹ ਸਮੱਸਿਆ ਨਾਲ ਦੀ ਨਾਲ ਹੱਲ ਹੋ ਜਾਵੇਗੀ ਜਿਹੜਾ ਅਸੀਂ ਕੰਮ ਛੱਡਤਾ ਬਾਬੇ ਨਾਨਕ ਦੀ ਗੱਲ ਕਰਦੇ ਹੋ ਤੁਸੀਂ ਉਹਦੀ ਮੰਨਦੇ ਨਹੀਂ ਜਿੱਤੇ ਬਾਬੇ ਨਾਨਕ ਨੂੰ ਸਹੀ ਰੂਪ ਚ ਮੰਨਣਾ ਲਾਗੇ ਉਹਦੇ ਆਪਣਾਲੀ ਵਾਲੀ ਸਵਾਰਸਾ ਜੇ ਪਰਾਲੀ ਵਾਲੀ ਆਪਣੇ ਆਪ ਖਤਮ ਹੋ ਜਾਵੇਗੀ ਜੀ ਜੇ ਅਗਰ ਗੱਲ ਕੀਤੀ ਆ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਹੜੀ ਹਵਾ ਪ੍ਰਦੂਸ਼ਣ ਆ ਉਹ ਲਗਾਤਾਰ ਵਾਧੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ 20 ਤੋਂ 30 ਪਰਸੈਂਟ ਤੱਕ ਦੇ ਜਿਹੜੇ ਮਜ਼ਦੂਬ ਮਰੀਜ਼ ਨੇ ਸਾਹ ਦੇ ਉਹ ਲਗਾਤਾਰ ਵਾਧੇ ਦਿਖਾਈ ਦੇ ਰਹੇ ਨੇ ਇਹ ਅਜੇ ਰਿਪੋਰਟ ਹੋ ਗਿਆ ਜੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਪਟਿਆਲੇ ਵੀ ਪਤਾ ਕੀਤਾ ਬਠਿੰਡੇ ਵੀ ਪਤਾ ਕੀਤਾ ਜਲੰਧਰ ਚ ਵੀ ਪਤਾ ਕੀਤਾ ਹੋਰ ਕਈ ਖੇਤਰਾਂ ਦੇ ਵਿੱਚ ਜਾਣਕਾਰੀ ਲੈਣ ਦਾ ਯਤਨ ਕੀਤਾ ਤਾਂ ਸਿਹਤ ਅਧਿਕਾਰੀਆਂ ਤੋਂ ਪਤਾ ਲੱਗੀ ਹੈ ਕਿ ਸਾਹ ਦੇ ਦਮੇ ਦੇ ਦਿਲ ਦੇ ਰੋਗਾਂ ਦੇ ਇਹ ਸਾਰੇ ਜਿਹੜੇ ਆ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹੈ ਔਰ ਇਹਦੇ ਨਾਲ ਹੁਣ ਤੁਸੀਂ ਪਰਾਲੀ ਦਾ ਸਾੜ ਲਿਓ ਫਿਰ ਜਿਹੜੇ ਘਰਾਂ ਦੇ ਵਿੱਚ ਦਵਾਈਆਂ ਤੇ ਡਾਕਟਰਾਂ ਨੇ ਤੁਹਾਨੂੰ ਲੁੱਟਣਾ ਔਰ ਉਹ ਜਿਹੜਾ ਦਵਾਈਆਂ ਤੇ ਖਰਚ ਹੋਣਾ ਹੈਗਾ ਉਹਦਾ ਕਦੇ ਹਿਸਾਬ ਲਾ ਲਿਓ ਸਰਕਾਰ ਤੁਹਾਨੂੰ ਮੋਟਰਾਂ ਦਾ ਪਾਣੀ ਮੁਕਤ ਦੇ ਰਹੀ ਹੈ ਤੁਹਾਡੇ ਘਰਾਂ ਦਾ ਬਿੱਲ ਉਹਨਾਂ ਨੇ ਘਟਾਤਾ ਕੇਂਦਰ ਸਰਕਾਰ 6000 ਰੁਪਇਆ ਤੁਹਾਨੂੰ ਸਾਲ ਦਾ ਦੇ ਰਹੀ ਹੈ ਤੇ ਫਿਰ ਜੇ ਇਹ ਕਹਿ ਰਾ ਮੈਨਾ ਮੰਨੂ ਅੱਜ ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਜੇਪੀ ਦਲਾਲ ਉਹ ਕਹਿੰਦੇ ਅਸੀਂ ਕਮੇਟੀ ਗਠਿਤ ਕਰਤੀ ਹੈ ਐਮ ਐਸ ਪੀ ਐਲਾਨ ਦਾ ਉਸ ਦੇ ਉੱਤੇ ਪਰਾਲੀ ਵੀ ਨਾਲ ਖਰੀਦਾਂਗੇ ਕਿਸਾਨਾਂ ਤੋਂ ਉਹਦੀ ਕੋਈ ਹੋਰ ਵਰਤੋਂ ਦੇ ਵਿੱਚ ਉਹਨੂੰ ਲੈ ਕੇ ਜਾਵਾਂਗੇ ਜਾਂ ਫਿਰ ਤੁਸੀਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਦਿਓ ਜਿਵੇਂ ਮੂੰਗੀ ਵਾਸਤੇ ਦਿੱਤੀ ਸੀ ਉਹ ਨਾ ਕਰਿਓ ਦੇ ਦੇਉ ਉਹਨਾਂ ਨੂੰ ਉਹ ਆਪ ਦਾ ਹੋਰ ਵੀ ਕੋਈ ਹੱਲ ਕਰ ਲਏ ਜੀ ਸੁਦੀਸ਼ ਸੂਰੀ ਦੇ ਮਾਮਲੇ ਦੇ ਵਿੱਚ ਅਪਡੇਟ ਇਹ ਆਈ ਹੈ ਕਿ ਜਿਸ ਵਿਅਕਤੀ ਨੇ ਗੋਲੀ ਚਲਾਈ ਸੀ ਉਸ ਦਾ ਨਾਮ ਜਿਹੜਾ ਸੰਦੀਪ ਸਣੀ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਪਰ 302 ਦਾ ਆਰਟੀਕਲਸ ਆ ਜਿਹੜਾ ਮੁਕੱਦਮਾ ਉਹ ਦਰਜ ਕਰ ਲਿਆ ਗਿਆ ਹੈ ਬਿਆਨ ਪੰਜਾਬ ਦੇ ਡੀਜੀਪੀ ਵੱਲੋਂ ਦਿੱਤਾ ਜਾ ਗਿਆ ਤੇ ਉਹਨਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਦੇਖੋ ਸੰਦੀਪ ਸਣੀ ਇੱਕ ਗੱਲ ਤੋਂ ਤਾਂ ਕਲੀਅਰ ਹੋ ਗਿਆ ਕਿ ਉਹ ਅੱਜਕੱਲ੍ਹ ਇਹ ਨਾਂ ਨੂੰ ਜੇ ਦੇ ਪਿੱਛੇ ਸਿੱਖ ਤਾਂ ਲਾਉਂਦੇ ਨਹੀਂ ਪਰ ਜਿੱਦਾਂ ਦੀ ਉਹਦੀ ਸ਼ਕਲ ਸੂਰਤ ਦੱਸ ਰਹੀ ਹੈ ਉਹ ਸਿੱਖ ਹੈ ਜੀ ਪਹਿਲਾਂ ਸਾਨੂੰ ਭੁਲੇਖਾ ਸੀ ਕਿ ਹੋ ਸਕਦਾ ਹੈ ਮੰਦਰ ਕਮੇਟੀ ਤੇ ਆਪਸ ਵਿੱਚ ਦੀ ਉਲਝੇ ਨੇ ਉਹਦਾ ਪਿਛੋਕੜ ਕੀ ਹੈ ਇਹ ਵੀ ਜਿਹੜਾ ਡੀਜੀਪੀ ਸਾਹਿਬ ਸ਼ਾਇਦ ਕੱਲ ਦੱਸ ਦੇਣ ਤਾਂ ਕੀ ਹੈ ਸਾਰੇ ਮਾਮਲੇ ਦੇ ਵਿੱਚ ਸੋ ਇਹ ਬਹੁਤ ਵੱੰਤ ਭੱਗਾ ਇਸ ਪਾਸੇ ਵੱਲ ਦੀ ਪੰਜਾਬ ਦੀ ਆਬੋ ਹਵਾ ਨੂੰ ਪੰਜਾਬ ਦਾ ਜਿਹੜਾ ਇਹ ਕਰ ਸਕਦੇ ਆਪਾਂ ਹਾਲਾਤ ਨੇ ਇਹਨਾਂ ਨੂੰ ਵਿਗੜਨ ਨਹੀਂ ਦੇਣਾ ਚਾਹੀਦਾ ਹਰ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲ ਜਿਹਦੇ ਨਾਲ ਲੰਬੂ ਲੱਗਦੇ ਹੋਣ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਜੀ ਇਸ ਤੋਂ ਇਲਾਵਾ ਢੱਲ ਸਾਬੀ ਇੱਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਡੀਪੀ ਖਾਦ ਦਿੱਤਾ ਲਗਾਤਾਰ ਉਸ ਦੀ ਕਮੀ ਵੀ ਜਿਹੜੀ ਕਿਸਾਨਾਂ ਨੂੰ ਮਹਿਸੂਸ ਹੁੰਦੀ ਦਿਖਾਈ ਦੇ ਰਹੀ ਹੈ ਡੀਪੀ ਖਾਦ ਬਿਲਕੁਲ ਪਈ ਹੈ ਤੇ ਜੇ ਡੀਪੀ ਖਾਦ ਆਈ ਹੈ ਉਸ ਜਗ੍ਹਾ ਦੇ ਉੱਤੇ ਲਗਾਤਾਰ ਕਿਸਾਨਾਂ ਨੂੰ ਨਾਲ ਹੋਰ ਵਸਤਾ ਵੜਗਾ ਜਾ ਰਹੀਆਂ ਨੇ ਜਿਹੜੀਆਂ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਐ ਇਸ ਕਰਕੇ ਇਹਦੇ ਨਾਲ ਜਿਹੜਾ ਕਾਫੀ ਹੱਦ ਤੱਕ ਕਰ ਇਹ ਬਹੁਤ ਜਿਆਦਾ ਮਾੜਾ ਐ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਨਹੀਂ ਹੋਣੀ ਚਾਹੀਦੀ ਸੀ ਸੋ ਹੋਰ ਚੀਜ਼ ਔਰ ਜੋ ਡੀਏਪੀ ਦੀ ਕਮੀ ਐ ਪਤਾ ਲੱਗਿਆ ਕਿ ਜਿਹੜੀ ਇਹਨਾਂ ਨੇ ਮਾਰਕ ਫੰਡ ਤੇ ਹੋਰਾਂ ਦੀ ਹਿੱਸੇਦਾਰੀ ਚ ਕਮੀ ਕੀਤੀ ਐ ਉਹ ਵੀ ਇੱਕ ਕਾਰਨ ਐ ਪਿੱਛੇ ਕਹਿ ਰਹੇ ਸੀ ਕਿ ਦੂਰੇ ਕਾਰ ਰਹੇ ਨੇ ਦੂਰੇ ਇੱਕ ਨਾਲ ਕੰਪਨੀ ਚੱਲਣਾ ਅਜੇ ਤਾਂ ਅੱਧਾ ਚੋਤੇ ਫਿਰਦੇ ਹੋ ਬਜਾਈ ਅਜੇ ਚੱਲ ਰਹੀ ਹੈ ਬਜਾਈ ਹੋਣੀ ਹੈ ਜੀ ਚੈਕਰ ਪਬਲਿਕ ਅਸੈਂਬਰ ਦੀ ਵੱਲੋਂ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨਾਲ ਜਿਹੜੀ ਮੁਲਾਕਾਤ ਕੀਤੀ ਇਹ ਚੈਕਰ ਪਬਲਿਕ ਅਮੈਸਡਰ ਡਾਕਟਰ ਅਲਸਕਾ ਜਗੋਵਾ ਜੀ ਇਹਨਾਂ ਨੇ ਅੱਜ ਪੰਜਾਬ ਦੇ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਹਰੇ ਇਨਕਲਾਬ ਚ ਚੈਕੋਸਲੋਵਾਕੀਆ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਸਾਰੇ ਟਰੈਕਟਰ ਉੱਥੋਂ ਸਾਡੇ ਕੋਲ ਆਉਂਦੇ ਰਹੇ ਐ ਕਿਸੇ ਵੇਲੇ ਕਿਸੇ ਵੇਲੇ ਰੂਸ ਦੇ ਬਣੇ ਟਰੈਕਟਰ ਜਿਨ੍ਹਾਂ ਦੇ ਵਿੱਚ ਖਾਸ ਕਰ ਡੀਟੀ 14 ਛੋਟੇ ਕਿਸਾਨ ਵਾਸਤੇ ਬਹੁਤ ਲਾਹੇਵੰਦ ਹੁੰਦਾ ਸੀ ਡੀਟੀ 28 ਬਾਈ ਲੌਰਸ ਡੈਵਿਡ ਬਰਾਊਨ ਇਹ ਸਾਰੇ ਰਸ਼ੀਆ ਦੇ ਬਣੇ ਹੋਏ ਸਨ ਰੂਸ ਦੇ ਉਦੋਂ ਸਾਡਾ ਉਹਨਾਂ ਨਾਲ ਸਮਝੌਤਾ ਵੀ ਸੀ ਸੋ ਇਹਨਾਂ ਦੇ ਵਿੱਚੋਂ ਕਣਕ ਸਰਦੀਆਂ ਦੇ ਵਿੱਚ ਜੋ ਬਸੰਤ ਰੁੱਤ ਦੇ ਜੋ ਆਲੂ ਮੱਕੀ ਫਸਲਾਂ ਦੀ ਖਾਸ ਵਧੇਰੇ ਹੁੰਦੀ ਹੈ ਇਕਾਸ ਪੰਜਾਬ ਨਾਲ ਮਿਲਦੀ ਜੁਲਦੀ ਹੈ ਤਕਨਕ ਜਿਹੜੀ ਟੈਕਨੋਲੋਜੀ ਹੈ ਉਹਦਾ ਵੀ ਕਹਿੰਦੇ ਅਰਦਾਨ ਪ੍ਰਦਾਨ ਅਸੀਂ ਕਰਾਂਗੇ ਇਸ ਤੋਂ ਇਲਾਵਾ ਚੈਕਰ ਪਬਲਿਕ ਦਾ ਕਾਰ ਉਦਯੋਗ ਹਵਾਵਾਜੀ ਇੰਜੀਨੀਅਰਿੰਗ ਵਾਤਾਵਰਨ ਟੈਕਨੋਲੋਜੀ ਮੈਡੀਕਲ ਉਪਕਰਨ ਬਿਜਲਈ ਦਾ ਮਸ਼ਾਨ ਮਸ਼ੀਨ ਜਬ ਬਿਜਲਈ ਸਮਾਨ ਹੈ ਬਿਜਲੀ ਦਾ ਸਮਾਨ ਰਸਾਇਣ ਫਾਰਮਾਸਿਊਟੀਕਲ ਦਵਾਈਆਂ ਇਹ ਸਾਰਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਕਹਿੰਦੇ ਕਿ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਡਾਕਟਰ ਜਗੋਵਾ ਦੀ ਜਿਹੜੀ ਊਂਕਾ ਉਹ ਕਾਫੀ ਚੰਗੀ ਹੋਵੇਗੀ। ਸੱਦਮਾ ਨੇ ਉਹਨਾਂ ਨੂੰ ਕਲਾ ਸੱਭਿਆਚਾਰ ਖੇਡਾਂ ਦੇ ਖੇਤਰ ਵਿੱਚ ਵੀ ਦੋਨਾਂ ਦੇਸ਼ਾਂ ਵਿੱਚ ਆਦਾਨ-ਪ੍ਰਦਾਨ ਕਰਨ ਦਾ ਸੁਝਾਅ ਦਿੱਤਾ ਹੈ। ਜੀ ਧੰਨਵਾਦ ਜੀ। ਇਹ ਸੰਡੀਫ ਦੇ ਸੀਨੀਅਰ ਐਡੀਟਰ ਜਿਸਪਾਲ ਸਿੰਘ ਢੱਲੋਜੀ ਜਿਨ੍ਹਾਂ ਨੇ ਵੱਖ-ਵੱਖਰੇ ਮੁੱਦੇ ਦੀ ਚਰਚਾ ਕੀਤੀ ਹੈ ਹੁਣ ਦੇਖਣਾ ਹੋਊਗਾ ਕਿ ਸੁਦੀਪ ਚੋੜੀ ਦਾ ਜਿਹੜਾ ਕਤਲ ਹੋਇਆ ਇਸ ਦੇ ਪਿੱਛੇ ਵਜ੍ਹਾ ਕੀ ਹੈ ਹਾਲਾਂਕਿ ਪੰਜਾਬ ਦੇ ਡੀਜੀਪੀ ਵੱਲੋਂ ਐਲਾਨ ਕਰ ਦਿੱਤਾ ਗਿਆ ਜੀ ਕਿ ਕਤਲ ਕਿਸ ਨੇ ਕੀਤਾ ਸੰਦੀਪ ਸੁੰਨੀ ਨਾਂ ਦੇ ਵਿਅਕਤੀ ਵੱਲੋਂ ਕੀਤਾ ਜਿਸ ਦੇ ਉੱਪਰ 302 ਦਾ ਮਕਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਦੇਖਣਾ ਹੋਊਗਾ ਕਿ ਕਤਲ ਕਰਨ ਦਾ ਕਾਰਨ ਕੀ ਸੀ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਧੰਨਵਾਦ